ਜੇ ਸਤਿਗੁਰੂ ਨਦਰ ਕਰੇ ਉਹ ਨਿਮਖੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਠੰਡਾ ਹੋ ਜਾਵੇ। ਆ ਜਾਓ ਬਾਬੇ ਨਾਨਕ ਦੇ ਦਰ ਦੇ, ਫਿਰ ਇਹ ਕਹਿਣਾ ਹੈ ਮੈਂ ਨੀ ਹੁਣ ਜਾਵਾਂਗਾ ਕਿਸੇ ਵੱਲ ਆਖੋ, ਕਿਸੇ ਨੂੰ ਨੀ ਮੰਨਾਂਗਾ, ਭਾਵੇਂ ਮੇਰੇ ਸਾਹਮਣੇ ਖੜਾ ਹੋ ਜਾਏ ਕੋਈ ਆਣ ਕੇ। ਉਹਨੂੰ ਕਹਿਣਾ ਭਾਈ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਨੀ ਮੰਨਦੇ ਕਿਸੇ ਨੂੰ। ਮਹਾਂਪੁਰਖਾਂ ਦੀ ਸਾਧੂ ਸੰਤਾਂ ਦਾ ਸਤਿਕਾਰ ਕਰਨਾ ਹੈ, ਸਾਧੂ ਸੰਤਾਂ ਮਹਾਂਪੁਰਖਾਂ ਨੂੰ ਮੰਨਣਾ ਹੈ, ਗੁਰੂ ਨਾਨਕ ਸਾਹਿਬ ਨੂੰ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ, ਕਹਿੰਦੇ ਬਾਬਾ ਤੇਰੇ ਕੋਲ ਕਰਾਮਾਤਾਂ ਨੀ, ਤੇਰੇ ਕੋਲ ਸ਼ਕਤੀਆਂ ਨੀ, ਕੀ ਤੂੰ ਸ਼ਕਤੀਆਂ ਪ੍ਰਾਪਤ ਕੀਤੀਆਂ? ਬਾਬਾ ਜੀ ਕਹਿੰਦੇ ਮੈਂ ਕੋਈ ਸ਼ਕਤੀਆਂ ਨੀ ਕੀਤੀਆਂ, ਮੇਰੇ ਕੋਲ ਤਾਂ ਗੁਰੂ ਏ, ਸੰਗਤ ਏ, ਬਾਣੀ ਏ, ਮੇਰੇ ਕੋਲ ਹੋਰ ਕੋਈ ਓਟ ਹੀ ਨੀ। ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਏ ਰਾਈ, ਬਾਬਾ ਨਾਨਕ ਕਹਿੰਦਾ ਮੇਰੇ ਕੋਲ ਨੀ ਕੋਈ ਹੈਗਾ, ਮੇਰੇ ਕੋਲ ਤਾਂ ਇੱਕੋ ਹੀ ਏ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਬਸ ਗੁਰੂ ਦੀ ਸੰਗਤ ਚ ਜੁੜੋ, ਬਾਣੀ ਦੇ ਨਾਲ ਜੁੜੋ, ਤੇ ਸਤਿਗੁਰੂ ਕਿਰਪਾ ਮੇਰਾ ਕਰਨਗੇ। ਭੰਡਾਰ ਭਰੇ ਹੋਏ ਨੇ, ਆਪਾਂ ਲੁੱਟਣੇ ਆ, ਲੋਕਾਂ ਦਾ ਮੂੰਹ ਨਹੀਂ ਹੁੰਦਾ ਇੱਧਰ, ਪੜ੍ਹ ਪੜ੍ਹ ਸਕੂਲਾਂ ਚੋਂ ਡਿਗਰੀਆਂ ਲੈ ਲੈ ਤੁਰ ਜਾਂਦੇ ਨੇ, ਤੇ ਫਿਰ ਕੱਢਦੇ ਆ ਗੇੜੇ ਚੰਡੀਗੜ੍ਹ ਦੇ, ਕੱਢਦੇ ਆ ਏਜੰਟਾਂ ਦੇ, ਫਸਦੇ ਆ, ਪੈਸੇ ਦਿੰਦੇ ਆ, ਲਟਾਉਂਦੇ ਆ, ਉਹਨਾਂ ਨੂੰ ਜ਼ਮੀਨਾਂ ਲੈ ਕੇ ਉਜਾੜ ਦਿੰਦੇ ਆ। ਬਾਬੇ ਨੂੰ ਨੀ ਪਾਇਆ, ਬਾਬੇ ਨੂੰ ਨੀ ਸਿਮਰਿਆ। ਜੇ ਬਾਬਾ ਸਿਮਰਿਆ ਹੁੰਦਾ ਅੱਜ ਬਾਬਾ ਥਾਂ ਥਾਂ ਤੇ ਖੜਾ ਹੁੰਦਾ ਤੇਰੇ ਲਈ, ਜੇ ਬਾਬੇ ਨੂੰ ਯਾਦ ਕੀਤਾ ਹੁੰਦਾ ਨਾ ਅੱਜ ਬਾਬਾ ਤੇਰੇ ਲਈ ਹਰ ਥਾਂ ਤੇ ਖੜਾ ਹੁੰਦਾ। ਬਾਬੇ ਨੂੰ ਸਿਮਰਿਆ ਨੀ, ਯਾਦ ਨੀ ਕੀਤਾ, ਬਾਣੀ ਨੀ ਪੜ੍ਹੀ, ਤੇ ਅੱਜ ਫਿਰ ਧੱਕੇ ਖਾਂਦਾ ਫਿਰਦਾ। ਬਾਬੇ ਨੂੰ ਨਾਲ ਰੱਖੋ, ਬਾਣੀ ਦੀ ਓਟ ਲਓ, ਗੁਰੂ ਸਾਹਿਬ ਦੀ ਬੜੀਆਂ ਸ਼ਕਤੀਆਂ ਨੇ, ਬਾਣੀ ਪੜ੍ਹਦੇ ਰਹੋ, ਵਾਹਿਗੁਰੂ ਵਾਹਿਗੁਰੂ ਜਪਦੇ ਰਹੋ। ਜਨਮ ਪਾਏ ਜਪ ਕੰਠ ਨਾ ਕੀਨੋ, ਨਾਮ ਤਰੀਖ ਭੇਖ ਧਰ ਲੀਨੋ। ਕਹਿੰਦੇ ਜਿਹਨੇ ਜਪਜੀ ਸਾਹਿਬ ਦਾ ਪਾਠ ਯਾਦ ਨੀ ਕੀਤਾ ਉਹ ਤਾਂ ਬੰਦਾ ਹੀ ਬਿਲਕੁਲ ਨਿਕੰਮਾ ਹੈ, ਹੈ ਨੀ ਕੋਈ, ਉਹ ਮਿੱਟੀ ਸਮਝੋ, ਖਾਕ ਸਮਝੋ। ਇੱਕ ਜਪਜੀ ਸਾਹਿਬ ਨੀ ਯਾਦ ਕੀਤਾ ਤੇ ਕਹਿੰਦੇ ਫਿਰ ਕੱਖ ਵੀ ਨੀ ਕੀਤਾ ਉਹਨੇ ਸੰਸਾਰ। ਬਾਬੇ ਦੀ ਪਹਿਲੀ ਬਾਣੀ ਨੀ ਯਾਦ ਕੀਤੀ, ਏਡਾ ਵੱਡਾ ਬਾਬਾ ਸਾਡਾ ਗੁਰੂ ਨਾਨਕ, ਏਡਾ ਵੱਡਾ ਨਿਰੰਕਾਰ ਸਾਡਾ, ਏਡਾ ਵੱਡਾ ਸ਼ਕਤੀਆਂ ਦਾ ਬਾਲਕ ਸਾਡਾ ਗੁਰੂ, ਉਹਦੀ ਇੱਕ ਜਪਜੀ ਸਾਹਿਬ ਬਾਣੀ ਨੀ ਚੇਤੇ ਕੀਤੀ, ਕਹਿੰਦੇ ਕੱਖ ਨੀ ਕੀਤਾ, ਤੂੰ ਕੱਖ ਨੀ ਤੇਰੇ ਪੱਲੇ, ਜਪਜੀ ਸਾਹਿਬ ਤੈਨੂੰ ਯਾਦ ਹੋਵੇ, ਕੰਠ ਹੋਵੇ। ਸਾਡੇ ਮਾਤਾ ਜੀ ਬਿਲਕੁਲ ਸਕੂਲ ਹੀ ਨਹੀਂ ਗਏ ਸੀ, ਪੜ੍ਹੇ ਹੀ ਨਹੀਂ ਸੀ, ਉਹਨਾਂ ਨੇ ਘਰ ਚ ਹੀ ਊੜਾ ਐੜਾ ਲਿਖ ਕੇ ਕਾਂਤੇ, ਤੇ ਜਪਜੀ ਸਾਹਿਬ ਜਦੋਂ ਮੈਂ ਜਨਮ ਲਿਆ ਉਦੋਂ ਮੇਰੀ ਮਾਂ ਜਪਜੀ ਸਾਹਿਬ ਪਾਠ ਕਰਦੀ ਹੁੰਦੀ ਸੀ, ਉੱਚੀ ਉੱਚੀ ਨਾ ਇਸ਼ਨਾਨ ਕਰਦਾ। ਦਾਦਾ ਸਾਡਾ ਪਾਠ ਕਰਦਾ ਸੀ ਪਹਿਲੋਂ, ਬੱਚਿਆਂ ਨੂੰ ਪਤਾ ਲੱਗ ਜਾਂਦਾ ਨਾ ਘਰ ਚ ਬਾਹਰ ਸੁੱਤਿਆਂ ਨੂੰ, ਉਦੋਂ ਕਿਹੜਾ ਪੱਖੇ ਸੀ, ਕਿਹੜੇ ਏਸੀ ਸੀ, ਕਿਹੜੇ ਕੂਲਰ ਸੀ, ਕੱਖ ਨਹੀਂ ਸੀ, ਐਵੇਂ ਬਾਹਰ ਪਈਦਾ ਸੀ, ਹਵਾ ਰੱਬ ਛੱਡਦੇ ਤੇ ਉਹਦਾ ਸ਼ੁਕਰਾਨਾ ਸੀ, ਨਾ ਛੱਡੇ ਤੇ ਕੋਈ ਜ਼ੋਰ ਨਹੀਂ, ਹਵਾ ਦੇ ਬੁੱਲੇ ਨਾਲ ਹੀ ਰਾਤ ਲੰਘਦੀ ਸੀ, ਕੋਈ ਕੋਈ ਨਹੀਂ ਹੈਗਾ ਸੀ, ਮੰਜਿਆਂ ਦੇ ਕੋਠਿਆਂ ਦੇ ਪੈ ਗਏ, ਥੱਲੇ ਪੈ ਗਏ, ਕੋਈ ਪੱਖਾ ਨਹੀਂ ਸੀ, ਕੋਈ ਹਵਾ ਨਹੀਂ ਸੀ, ਕੋਈ ਕੋਈ ਨਹੀਂ ਸੀ, ਤੇ ਰਾਤ ਨੂੰ ਉੱਠ ਕੇ ਸਾਡਾ ਦਾਦਾ ਪਾਠ ਕਰਦਾ ਸੀ, ਇਸ਼ਨਾਨ ਕਰਦਿਆਂ ਕਰਦਿਆਂ, ਫਿਰ ਬਾਅਦ ਚ ਵੱਖਰਾ ਨਿਤਨੇ ਮਾਂ ਸਾਡੀ ਪਾਠ ਕਰਦੀ ਸੀ ਉੱਠ ਕੇ ਜਪਜੀ ਸਾਹਿਬ ਦਾ ਉੱਚੀ ਉੱਚੀ, ਤੁਰਦੇ ਫਿਰਦੇ ਇਸ਼ਨਾਨ ਕਰਦੇ ਕਰੀ ਜਾਣਾ, ਘਰ ਚਮਕ ਜਾਂਦਾ ਹੈ ਘਰ ਚ, ਉਹੋ ਜਿਹੇ ਮਾਵਾਂ, ਉਹੋ ਜਿਹੇ ਪਿਓ, ਉਹੋ ਜਿਹੇ ਬੱਚੇ, ਲੱਭ ਲਓ ਲਾਲਾਂ ਵਾਲਾ, ਭੂਤਾਂ ਪ੍ਰੇਤਾਂ ਵਾਲਾ ਲੱਭ ਲਓ, ਕੋਈ ਬੱਕਰੇ ਵਾਲੇ ਨੀ ਮਿਲਣੇ ਤੇ ਹੋਰ ਕਿਹੜੇ ਮਿਲਣੇ, ਕੁੱਕੜ ਵਾਲੇ ਮਿਲ ਜਾਣਗੇ, ਕੱਪੜੇ ਲੁੱਟਣ ਵਾਲੇ ਤੁਹਾਡੇ ਕੋਲ ਮਿਲ ਜਾਣਗੇ, ਲਟੇਰੇ ਹੀ ਮਿਲਣਗੇ ਸਾਰੇ, ਬੜੇ ਬੜੇ ਜਾਦੂਗਰ, ਬੜੇ ਬੜੇ ਚਮਤਕਾਰ। ਗੁਰੂ ਨਾਨਕ ਸਾਹਿਬ ਜਦੋਂ ਗਏ ਉਧਰ ਸਾਰੇ ਲੋਕ ਇਹੋ ਜਿਹੇ ਸੀ,
जादू करने वाले मंत्र फूकने वाले कोई ना कोई बना देते सी, बड़ा कोई सी उधर ढाके बंगाल से। ते बाबा नानक जी कह लगे मरदानिया हो जा सावधान, ये जो सज्जन ठाकुर भी गए ना ये चमकीले जना वेख, आज सारे साडे लुटन वाले ने सानू, जिन्ने तुहानू चंबड़े जे ना सारे लुटन वाले आ, काखड़ी कहने पल्ले पौना। और फिर दे ठगवाड़े ने देखी कि दे ठगिया ना जाई, मरदानिया ठगी फिर दे सारे काखड़ी ना पल्ले पौना, ठगिया ना जाई तू कि आपका लुटा ना बैठे तरीके ना लुट दे। जे असी नहीं गुरु की बाणी पढ़ांगे, नहीं सिमरांगे, नहीं गुरु नाल लगांगे, जरूर सानू कोई लुट के ले जाएगा, जरूर किसी पासे रगड़े जावांगे। गुरु ग्रंथ साहिब दे लड़ लगो, आखड़ी देवी देवतिया दे बाबा देवतिया का देवता, देवियां दी देवी शक्ति उनके दाते हाथ बनी खड़ी, देवतिया का मां देव है, सब तो वड्डा गुर जैसा ना ही कोई देव, साडे बाबे वर्गा कोई भी नहीं हैगा संसार। ते पक्के हो गए चरण फड़ लो ते फिर भाई जितों दे मर्जी विजय लवा लियो, जिन्निया मर्जी पढ़ाइया कर लियो, जिन्ने मर्जी काम चला लियो, जिन्ने मर्जी सुख लै लियो, बाबे दे दर तक पहुंच जाओ, बाबे दे दर दे भिखारी बन जाओ। बाबा जी कहिंदे सी गुरु नानक साहब असी तेरे ही मंगते हैं, तेरे नित दे मंगते हैं, किसे दे नहीं मंगते, असी नहीं किसे कोल मंगना, तेरे तो ही मंगना है, तेरे दर दे मंगते हैं, तेरे अगे ही खड़े हैं, तू जो देवेगा सानू बहुत दे, किसे तो असी नहीं लेंदे, ना ही कोई दे सकदा। संत बाबा सुखदेव सिंह जी श्री पुचो साहिब वालियां दियां होर भी नवियां वीडियोस देखने लई सब्सक्राइब करो।